ਅਫੀਮ ਦੀ ਖੇਤੀ ਦਾ ਨਹੀਂ ਸੀ ਚੱਕਿਆ, ਮੈਂ ਚੱਕਿਆ ਐਨ ਡੀ ਪੀ ਐਸ ਅਮੈਂਡਮੈਂਟ ਬਿੱਲ ਕਿ ਜਿਹੜੇ ਲੋਕ ਨੇ ਅਪਰਾਧੀ ਨੇ, ਇਹ ਅਪਰਾਧੀ ਨਹੀਂ ਹੈਗੇ, ਇਹ ਬਿਮਾਰ ਨੇ, ਇਹਨਾਂ ਦਾ ਇਲਾਜ ਹੋਣਾ ਚਾਹੀਦਾ, ਇਹਨਾਂ ਨੂੰ ਇਹਨਾਂ ਦਾ ਕੋਟਾ ਜਿਹੜਾ ਜਿਸ ਤਰ੍ਹਾਂ ਤੁਸੀਂ ਸ਼ਰਾਬ ਵੇਚਦੇ ਹੋ ਜਾਂ ਹੋਰ ਨਸ਼ੇ ਤੁਸੀਂ ਅਲਾਓ ਕਰਦੇ ਹੋ, ਅਮਰੀਕਾ 'ਚ ਭੰਗ ਲਾਓ ਆ, ਕੈਨੇਡਾ 'ਚ ਭੰਗ ਲਾਓ, ਸਭ ਨੇ ਆਪਣੇ ਕਾਨੂੰਨ ਬਦਲ ਦਿੱਤੇ, ਪਰ ਭਾਰਤ ਨੇ ਕਾਨੂੰਨ ਨਹੀਂ ਬਦਲਿਆ। ਇਹਨਾਂ ਨੇ 25,000 ਬੰਦਾ ਨੌਜਵਾਨ ਜਾਂ ਬਜ਼ੁਰਗ, ਉਹ ਜਿਹੜੇ ਮਾੜੀ ਮੋਟੀ ਫੀਮ ਭੁੱਕੀ ਵਰਤਣ ਵਾਲੇ ਸੀਗੇ ਉਹ ਜੇਲ੍ਹਾਂ ਡੱਕੇ ਹੋਏ ਆ, ਜਿਹੜੇ ਬੜੇ ਬੜੇ ਮਗਰਮੱਛ ਆ ਜਿਹੜੇ ਵਪਾਰ ਕਰਦੇ ਆ ਉਹ ਪੁਲਿਸ ਦੀ ਮਿਲੀ ਭੁਗਤਣਾ, ਸਰਕਾਰ ਦੀ ਮਿਲੀ ਭੁਗਤਣਾ, ਉਹ ਜੇਲ੍ਹਾਂ ਤੋਂ ਬਾਹਰ ਤੁਰੇ ਫਿਰਦੇ ਆ। ਅਮਰੀਕਾ 'ਚ ਭੰਗ ਸਮੱਸਿਆ ਹੈਗੀ ਹੈ, ਉੱਥੇ ਉਹਦੀ ਸਰਕਾਰ ਨੇ ਕਾਨੂੰਨ ਬਦਲ ਕੇ ਅਲਾਓ ਕਰਤਾ, ਜਿਹੜਾ ਬੰਦਾ ਭੰਗ ਵਰਦਾ ਹੈਗਾ ਉਹ ਆਪਣੇ ਘਰ ਦੇ ਪਿਛਵਾੜੇ 'ਚ 5 ਤੋਂ ਲੈ ਕੇ 35 ਬੂਟੇ ਭੰਗ ਦੇ ਲਾ ਸਕਦਾ। ਸੋ ਪੰਜਾਬ ਸਰਕਾਰ ਕਿਉਂ ਨਹੀਂ ਕਹਿ ਸਕਦੀ ਅਫੀਮ ਦੀ ਖੇਤੀ ਦਾ ਨਹੀਂ ਸੀ ਚੱਕਿਆ, ਮੈਂ ਚੱਕਿਆ ਐਨ ਡੀ ਪੀ ਐਸ ਅਮੈਂਡਮੈਂਟ ਬਿੱਲ ਕਿ ਜਿਹੜੇ ਲੋਕ ਨੇ ਅਪਰਾਧੀ ਨੇ, ਇਹ ਅਪਰਾਧੀ ਨਹੀਂ ਹੈਗੇ, ਇਹ ਬਿਮਾਰ ਨੇ, ਇਹਨਾਂ ਦਾ ਇਲਾਜ ਹੋਣਾ ਚਾਹੀਦਾ, ਇਹਨਾਂ ਨੂੰ ਇਹਨਾਂ ਦਾ ਕੋਟਾ ਜਿਹੜਾ ਜਿਸ ਤਰ੍ਹਾਂ ਤੁਸੀਂ ਸ਼ਰਾਬ ਵੇਚਦੇ ਹੋ ਜਾਂ ਹੋਰ ਨਸ਼ੇ ਤੁਸੀਂ ਅਲਾਓ ਕਰਦੇ ਹੋ, ਅਮਰੀਕਾ 'ਚ ਭੰਗ ਲਾਓ ਆ, ਕੈਨੇਡਾ 'ਚ ਭੰਗ ਲਾਓ, ਸਭ ਨੇ ਆਪਣੇ ਕਾਨੂੰਨ ਬਦਲ ਦਿੱਤੇ, ਪਰ ਭਾਰਤ ਨੇ ਕਾਨੂੰਨ ਨਹੀਂ ਬਦਲਿਆ। ਮੈਂ ਕਹਿੰਦਾ ਜਿਹੜੇ ਰਵਾਇਤੀ ਨਸ਼ੇ ਹੈਗੇ ਭੰਗ, ਫੀਮ ਅਤੇ ਭੁੱਕੀ, ਇਹਨੂੰ ਇੱਕ ਪਾਸੇ ਕਰੋ, ਜਿਹੜੇ ਘਾਤਕ ਨਸ਼ੇ ਹੈਗੇ ਆ ਸਮੈਕ, ਹੀਰੋਇਨ ਜਿਹੜੀਆਂ ਮਤਲਬ ਮਾਰੂ ਨਸ਼ੇ ਹੈਗੇ ਆ ਜਾਂ ਫੈਂਟਾਨਿਲ ਹੈਗੀ ਹੈ ਜਾਂ ਹੀਰੋਇਨ ਹੈਗੀ ਹੈ, ਉਹਨਾਂ ਨੂੰ ਪਾਸੇ ਕਰੋ, ਦੋਹਾਂ ਪ੍ਰਤੀ ਅਲੱਗ ਅਲੱਗ ਨਜ਼ਰੀਆ ਹੋਵੇ। ਇਹਨਾਂ ਨੇ 25,000 ਬੰਦਾ ਨੌਜਵਾਨ ਜਾਂ ਬਜ਼ੁਰਗ, ਉਹ ਜਿਹੜੇ ਮਾੜੀ ਮੋਟੀ ਫੀਮ ਭੁੱਕੀ ਵਰਤਣ ਵਾਲੇ ਸੀਗੇ ਉਹ ਜੇਲ੍ਹਾਂ ਡੱਕੇ ਹੋਏ ਆ, ਜਿਹੜੇ ਬੜੇ ਬੜੇ ਮਗਰਮੱਛ ਆ ਜਿਹੜੇ ਵਪਾਰ ਕਰਦੇ ਆ ਉਹ ਪੁਲਿਸ ਦੀ ਮਿਲੀ ਭੁਗਤਣਾ, ਸਰਕਾਰ ਦੀ ਮਿਲੀ ਭੁਗਤਣਾ, ਉਹ ਜੇਲ੍ਹਾਂ ਤੋਂ ਬਾਹਰ ਤੁਰੇ ਫਿਰਦੇ ਆ। ਮੈਂ ਉਸ ਕਾਨੂੰਨ ਨੂੰ ਬਦਲਣ ਦੀ ਗੱਲ ਕੀਤੀ ਸੀਗੀ, ਔਰ ਮੈਂ ਵੀ ਕਿਹਾ ਸੀ ਕਿ ਜਿਸ ਤਰ੍ਹਾਂ ਅਮਰੀਕਾ ਵਿੱਚ ਸਾਡੇ ਭੰਗ ਸਮੱਸਿਆ, ਸਾਡੇ ਫੀਮ ਭੁੱਕੀ ਸਮੱਸਿਆ ਅਮਰੀਕਾ 'ਚ ਭੰਗ ਸਮੱਸਿਆ ਹੈਗੀ ਹੈ, ਉੱਥੇ ਉਹਦੀ ਸਰਕਾਰ ਨੇ ਕਾਨੂੰਨ ਬਦਲ ਕੇ ਅਲਾਓ ਕਰਤਾ, ਜਿਹੜਾ ਬੰਦਾ ਭੰਗ ਵਰਦਾ ਹੈਗਾ ਉਹ ਆਪਣੇ ਘਰ ਦੇ ਪਿਛਵਾੜੇ 'ਚ 5 ਤੋਂ ਲੈ ਕੇ 35 ਬੂਟੇ ਭੰਗ ਦੇ ਲਾ ਸਕਦਾ। ਸੋ ਪੰਜਾਬ ਸਰਕਾਰ ਕਿਉਂ ਨਹੀਂ ਕਹਿ ਸਕਦੀ ਕਿਹੜਾ ਬੰਦਾ ਫੀਮ ਭੁੱਕੀ ਖਾਂਦਾ ਹੈਗਾ ਆਪਣੇ ਘਰ ਦੇ ਪਿਛਵਾੜੇ 'ਚ, ਪੁਲਿਸ ਦੀ ਨਿਗਰਾਨੀ ਹੇਠ ਜਾਂ ਸਰਪੰਚ ਦੀ ਨਿਗਰਾਨੀ ਹੇਠ 5 ਤੋਂ 35 ਬੂਟੇ ਲਾ ਲਵੇ, ਜੇ 36 ਬੂਟਾ ਲਾ ਲਵੇ ਤਾਂ ਉਹਨੂੰ ਸਜ਼ਾ ਦੇ ਬੇਸ਼ੱਕ, ਔਰ ਉਹ ਲਾ ਕੇ ਚਾਹੇ ਉਹਦੀ ਭੁਰਜੀ ਬਣਾ ਕੇ ਖਾਵੇ, ਚਾਹੇ ਉਹਦੇ ਡੋਡੇ 'ਚੋਂ ਕੁੱਟ ਕੇ ਚੂਰਾ ਬਣਾ ਕੇ ਪੋਸਟ ਬਣਾਵੇ, ਚਾਹੇ ਉਹਦੀ ਡੋਡੇ ਫੀਮ ਫੀਮ ਕੱਢ ਕੇ ਖਾਵੇ, ਜੇ ਇਹ ਗੱਲ ਹੋ ਜਾਊਗੀ ਜਿਹੜਾ ਨਸ਼ਾ ਮਾਫੀਆ 4 ਦਿਨ 'ਚ ਮਰ ਜਾਊਗਾ, ਮਾੜੇ ਨਸ਼ੇ 4 ਦਿਨ 'ਚ ਘੱਟ ਜਾਣਗੇ, ਕਿਉਂਕਿ ਪਿੱਛੇ ਮਾਫੀਆ ਹੈਗਾ ਜੀ, ਹਰ ਮਾਫੀਆ ਕਾਂਗਰਸ ਸਰਕਾਰ ਵੇਲੇ ਵੀ ਸੀਗਾ ਪਿਛਲੀ ਵੇਲੇ, ਇਹ ਮਾਫੀਆ ਅਕਾਲੀ ਸਰਕਾਰ ਵੇਲੇ ਵੀ ਸੀਗਾ, ਮਾਫੀਆ ਅੱਜ ਵੀ ਉਨਾ ਹੀ ਸਰਕਾਰ ਮੈਂ ਜਿੰਨਾ ਪਹਿਲਾਂ ਸੀਗਾ, ਹਰ ਅਖਬਾਰ ਦੇ ਕੋਨੇ ਉੱਤੇ ਹਰ ਰੋਜ਼ ਪੰਜਾਬ ਦੇ ਕਿਸੇ ਨਾ ਕਿਸੇ ਕੋਨੇ 'ਚ 2-4 ਨੌਜਵਾਨ ਦੇ ਮਰਨ ਦੀ ਖਬਰਾਂ ਲਗਾਤਾਰ ਆ ਰਹੀਆਂ, ਔਰ ਪੁਲਿਸ ਦੀ ਮਿਲ ਭੁਗਤ ਵੀ ਸਾਹਮਣੇ ਜਾ ਨਜ਼ਰ ਆ ਰਹੀ ਹੈ। ਅਫੀਮ ਦੀ ਖੇਤੀ ਦਾ ਨਹੀਂ ਸੀ ਚੱਕਿਆ, ਮੈਂ ਚੱਕਿਆ ਐਨ ਡੀ ਪੀ ਐਸ ਅਮੈਂਡਮੈਂਟ ਬਿੱਲ ਕਿ ਜਿਹੜੇ ਲੋਕ ਨੇ ਅਪਰਾਧੀ ਨੇ, ਇਹ ਅਪਰਾਧੀ ਨਹੀਂ ਹੈਗੇ, ਇਹ ਬਿਮਾਰ ਨੇ, ਇਹਨਾਂ ਦਾ ਇਲਾਜ ਹੋਣਾ ਚਾਹੀਦਾ, ਇਹਨਾਂ ਨੂੰ ਇਹਨਾਂ ਦਾ ਕੋਟਾ ਜਿਹੜਾ ਜਿਸ ਤਰ੍ਹਾਂ ਤੁਸੀਂ ਸ਼ਰਾਬ ਵੇਚਦੇ ਹੋ ਜਾਂ ਹੋਰ ਨਸ਼ੇ ਤੁਸੀਂ ਅਲਾਓ ਕਰਦੇ ਹੋ, ਅਮਰੀਕਾ 'ਚ ਭੰਗ ਲਾਓ ਆ, ਕੈਨੇਡਾ 'ਚ ਭੰਗ ਲਾਓ, ਸਭ ਨੇ ਆਪਣੇ ਕਾਨੂੰਨ ਬਦਲ ਦਿੱਤੇ, ਪਰ ਭਾਰਤ ਨੇ ਕਾਨੂੰਨ ਨਹੀਂ ਬਦਲਿਆ। ਇਹਨਾਂ ਨੇ 25,000 ਬੰਦਾ ਨੌਜਵਾਨ ਜਾਂ ਬਜ਼ੁਰਗ, ਉਹ ਜਿਹੜੇ ਮਾੜੀ ਮੋਟੀ ਫੀਮ ਭੁੱਕੀ ਵਰਤਣ ਵਾਲੇ ਸੀਗੇ ਉਹ ਜੇਲ੍ਹਾਂ ਡੱਕੇ ਹੋਏ ਆ, ਜਿਹੜੇ ਬੜੇ ਬੜੇ ਮਗਰਮੱਛ ਆ ਜਿਹੜੇ ਵਪਾਰ ਕਰਦੇ ਆ ਉਹ ਪੁਲਿਸ ਦੀ ਮਿਲੀ ਭੁਗਤਣਾ, ਸਰਕਾਰ ਦੀ ਮਿਲੀ ਭੁਗਤਣਾ, ਉਹ ਜੇਲ੍ਹਾਂ ਤੋਂ ਬਾਹਰ ਤੁਰੇ ਫਿਰਦੇ ਆ। ਅਮਰੀਕਾ 'ਚ ਭੰਗ ਸਮੱਸਿਆ ਹੈਗੀ ਹੈ, ਉੱਥੇ ਉਹਦੀ ਸਰਕਾਰ ਨੇ ਕਾਨੂੰਨ ਬਦਲ ਕੇ ਅਲਾਓ ਕਰਤਾ, ਜਿਹੜਾ ਬੰਦਾ ਭੰਗ ਵਰਦਾ ਹੈਗਾ ਉਹ ਆਪਣੇ ਘਰ ਦੇ ਪਿਛਵਾੜੇ 'ਚ 5 ਤੋਂ ਲੈ ਕੇ 35 ਬੂਟੇ ਭੰਗ ਦੇ ਲਾ ਸਕਦਾ। ਸੋ ਪੰਜਾਬ ਸਰਕਾਰ ਕਿਉਂ ਨਹੀਂ ਕਹਿ ਸਕਦੀ ਅਫੀਮ ਦੀ ਖੇਤੀ ਦਾ ਨਹੀਂ ਸੀ ਚੱਕਿਆ, ਮੈਂ ਚੱਕਿਆ ਐਨ ਡੀ ਪੀ ਐਸ ਅਮੈਂਡਮੈਂਟ ਬਿੱਲ ਕਿ ਜਿਹੜੇ ਲੋਕ ਨੇ ਅਪਰਾਧੀ ਨੇ, ਇਹ ਅਪਰਾਧੀ ਨਹੀਂ ਹੈਗੇ, ਇਹ ਬਿਮਾਰ ਨੇ, ਇਹਨਾਂ ਦਾ ਇਲਾਜ ਹੋਣਾ ਚਾਹੀਦਾ, ਇਹਨਾਂ ਨੂੰ ਇਹਨਾਂ ਦਾ ਕੋਟਾ ਜਿਹੜਾ ਜਿਸ ਤਰ੍ਹਾਂ ਤੁਸੀਂ ਸ਼ਰਾਬ ਵੇਚਦੇ ਹੋ ਜਾਂ ਹੋਰ ਨਸ਼ੇ ਤੁਸੀਂ ਅਲਾਓ ਕਰਦੇ ਹੋ, ਅਮਰੀਕਾ 'ਚ ਭੰਗ ਲਾਓ ਆ, ਕੈਨੇਡਾ 'ਚ ਭੰਗ ਲਾਓ, ਸਭ ਨੇ ਆਪਣੇ ਕਾਨੂੰਨ ਬਦਲ ਦਿੱਤੇ, ਪਰ ਭਾਰਤ ਨੇ ਕਾਨੂੰਨ ਨਹੀਂ ਬਦਲਿਆ। ਮੈਂ ਕਹਿੰਦਾ ਜਿਹੜੇ ਰਵਾਇਤੀ ਨਸ਼ੇ ਹੈਗੇ ਭੰਗ, ਫੀਮ ਅਤੇ ਭੁੱਕੀ, ਇਹਨੂੰ ਇੱਕ ਪਾਸੇ ਕਰੋ, ਜਿਹੜੇ ਘਾਤਕ ਨਸ਼ੇ ਹੈਗੇ ਆ ਸਮੈਕ, ਹੀਰੋਇਨ ਜਿਹੜੀਆਂ ਮਤਲਬ ਮਾਰੂ ਨਸ਼ੇ ਹੈਗੇ ਆ ਜਾਂ ਫੈਂਟਾਨਿਲ ਹੈਗੀ ਹੈ ਜਾਂ ਹੀਰੋਇਨ ਹੈਗੀ ਹੈ, ਉਹਨਾਂ ਨੂੰ ਪਾਸੇ ਕਰੋ, ਦੋਹਾਂ ਪ੍ਰਤੀ ਅਲੱਗ ਅਲੱਗ
ਨਜ਼ਰੀਆ ਹੋਵੇ। ਇਹਨਾਂ ਨੇ 25,000 ਬੰਦਾ ਨੌਜਵਾਨ ਜਾਂ ਬਜ਼ੁਰਗ, ਉਹ ਜਿਹੜੇ ਜਿਹੜੇ ਮਾੜੀ ਮੋਟੀ ਫੀ ਭੁੱਕੀ ਵਰਤਣ ਵਾਲੇ ਸੀਗੇ, ਉਹ ਜੇਲ੍ਹਾਂ 'ਚ ਡੱਕੇ ਹੋਏ ਆ। ਜਿਹੜੇ ਬੜੇ ਬੜੇ ਮਗਰਮੱਛ ਆ, ਜਿਹੜੇ ਵਪਾਰ ਕਰਦੇ ਆ, ਉਹ ਪੁਲਿਸ ਦੀ ਮਿਲੀ ਭੁਗਤ ਨਾਲ, ਸਰਕਾਰ ਦੀ ਮਿਲੀ ਭੁਗਤ ਨਾਲ ਉਹ ਜੇਲ੍ਹਾਂ ਤੋਂ ਬਾਹਰ ਤੁਰੇ ਫਿਰਦੇ ਆ। ਮੈਂ ਉਸ ਕਾਨੂੰਨ ਨੂੰ ਬਦਲਣ ਦੀ ਗੱਲ ਕੀਤੀ ਸੀਗੀ, ਔਰ ਮੈਂ ਵੀ ਕਿਹਾ ਸੀ ਕਿ ਜਿਸ ਤਰ੍ਹਾਂ ਅਮਰੀਕਾ ਵਿੱਚ ਸਾਡੇ ਭੰਗ ਸਮੱਸਿਆ, ਸਾਡੇ ਫੀ ਭੁੱਕੀ ਸਮੱਸਿਆ ਅਮਰੀਕਾ 'ਚ ਭੰਗ ਸਮੱਸਿਆ ਹੈਗੀ ਹੈ, ਉੱਥੇ ਦੀ ਸਰਕਾਰ ਨੇ ਕਾਨੂੰਨ ਬਦਲ ਕੇ ਅਲਾਓ ਕਰਤਾ, ਜਿਹੜਾ ਬੰਦਾ ਭੰਗ ਵਰਦਾ ਹੈਗਾ ਉਹ ਆਪਣੇ ਘਰ ਦੇ ਪਿਛਵਾੜੇ 'ਚ 5 ਤੋਂ ਲੈ ਕੇ 35 ਬੂਟੇ ਭੰਗ ਦੇ ਲਾ ਸਕਦਾ। ਸੋ ਪੰਜਾਬ ਸਰਕਾਰ ਕਿਉਂ ਨਹੀਂ ਕਹਿ ਸਕਦੀ ਜਿਹੜਾ ਬੰਦਾ ਫੀ ਭੁੱਕੀ ਖਾਂਦਾ ਹੈਗਾ ਆਪਣੇ ਘਰ ਦੇ ਪਿਛਵਾੜੇ 'ਚ ਪੁਲਿਸ ਦੀ ਨਿਗਰਾਨੀ ਹੇਠ ਜਾਂ ਸਰਪੰਚ ਦੀ ਨਿਗਰਾਨੀ ਹੇਠ 5 ਤੋਂ 35 ਬੂਟੇ ਲਾ ਲਵੇ, ਜੇ 36 ਬੂਟਾ ਲਾ ਲਵੇ ਤਾਂ ਉਹਨੂੰ ਸਜ਼ਾ ਦੇ ਬੇਸ਼ੱਕ, ਔਰ ਉਹ ਲਾ ਕੇ ਚਾਹੇ ਉਹਦੀ ਭੁਰਜੀ ਬਣਾ ਕੇ ਖਾਵੇ, ਚਾਹੇ ਉਹਦੇ ਡੋਡੇ 'ਚੋਂ ਕੁੱਟ ਕੇ ਚੂਰਾ ਬਣਾ ਕੇ ਪੋਸਟ ਬਣਾਵੇ, ਚਾਹੇ ਉਹਦੀ ਡੋਡੇ ਫੀਮ ਫੀਮ ਕੱਢ ਕੇ ਖਾਵੇ। ਜੇ ਇਹ ਗੱਲ ਹੋ ਜਾਊਗੀ ਜਿਹੜਾ ਨਸ਼ਾ ਮਾਫੀਆ 4 ਦਿਨ 'ਚ ਮਰ ਜਾਊਗਾ, ਮਾੜੇ ਨਸ਼ੇ 4 ਦਿਨ 'ਚ ਘੱਟ ਜਾਣਗੇ, ਕਿਉਂਕਿ ਪਿੱਛੇ ਮਾਫੀਆ ਹੈਗਾ ਜੀ। ਹਰ ਮਾਫੀਆ ਕਾਂਗਰਸ ਸਰਕਾਰ ਵੇਲੇ ਵੀ ਸੀਗਾ ਪਿਛਲੀ ਵੇਲੇ, ਇਹ ਮਾਫੀਆ ਅਕਾਲੀ ਸਰਕਾਰ ਵੇਲੇ ਵੀ ਸੀਗਾ, ਮਾਫੀਆ ਅੱਜ ਵੀ ਉਨਾ ਹੀ ਸਰਕਾਰ ਮੈਂ ਜਿੰਨਾ ਪਹਿਲਾਂ ਸੀਗਾ। ਹਰ ਅਖਬਾਰ ਦੇ ਕੋਨੇ ਉੱਤੇ, ਹਰ ਰੋਜ਼ ਪੰਜਾਬ ਦੇ ਕਿਸੇ ਨਾ ਕਿਸੇ ਕੋਨੇ 'ਚ 2-4 ਨੌਜਵਾਨ ਦੇ ਮਰਨ ਦੀ ਖਬਰ ਲਗਾਤਾਰ ਆ ਰਹੀ ਆ, ਔਰ ਪੁਲਿਸ ਦੀ ਮਿਲੀ ਭੁਗਤ ਵੀ ਸਾਹਮਣੇ ਜਾ ਨਜ਼ਰ ਆ ਰਹੀ ਹੈ ਜੀ।